ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ ਸਾਰੇ ਦੋਸਤਾਂ ਦੇ? ਕੈਮਰਾਮੈਨ ਜ਼ਰਾ ਲਾਈਟ ਦਾ ਵੇਖ ਕੇ ਸੋਹਣਾ ਆ ਰਿਹਾ ਭਰਾ? ਓਕੇ, ਮੇਰਾ ਨਾਮ ਮੁਸਤਫਾ ਡਾਰ, ਕਿੰਗ ਮੈਕਸ 786 ਯੂਟਿਊਬ ਦੀ ਆਈਡੀ, ਅਤੇ ਅੱਜ ਆਏ ਹਾਂ ਜੀ ਤੁਹਾਨੂੰ ਫੈਸਲਾਬਾਦ ਦੇ ਬੜੇ ਮਸ਼ਹੂਰ ਚੌਂਕ ਬਟਾਲਾ। ਕੀ ਹੈ ਕੈਮਰਾਮੈਨ, ਮੈਨੂੰ ਦੱਸ ਦੇ ਇੱਕ ਵਾਰੀ, ਮੈਂ ਕਿੱਥੇ ਖਲੋਣਾ? ਇੱਥੇ ਖਲੋਣਾ, ਹੁਣ ਸਹੀ ਆ ਰਹੇ ਹਾਂ, ਦੁਬਾਰਾ ਬੋਲਾਂ। ਹੁਣ ਆਇਆ ਜੀ ਅਸੀਂ ਬਟਾਲਾ ਚੌਂਕ, ਜੇ ਸਾਡਾ ਬੜਾ ਮਸ਼ਹੂਰ ਡੀ ਗਰਾਊਂਡ ਦੇ ਪਹਾੜੀ ਗਰਾਊਂਡ ਦੇ ਕੋਲ ਹੈ। ਇੱਥੇ ਹੈ ਜੇ ਗੋਲੇ ਵਾਲੇ ਬੜੇ ਮਸ਼ਹੂਰ ਬਰਫ਼ ਦਾ ਗੋਲਾ, ਯੂ ਨੋ ਆਈਸ ਗੋਲਾ, ਛੋਟੇ ਹੁੰਦੇ ਨੇ ਅਸੀਂ ਖਾਂਦੇ ਸੀ। ਮੈਂ ਅੱਜ ਕੱਲ੍ਹ ਸੋਚ ਰਿਹਾ, ਮੈਂ ਸਾਰੇ ਛੋਟੇ ਹੁੰਦੇ ਨੇ ਜਿਹੜੀਆਂ ਚੀਜ਼ਾਂ ਅਸੀਂ ਖਾਧੀਆਂ ਨੇ ਨਾ, ਉਹ ਸਾਰੀਆਂ ਤੁਹਾਨੂੰ ਵਹਾਵਾਂ। ਅਤੇ ਇਹ ਬੜਾ ਮਸ਼ਹੂਰ ਪੁਆਇੰਟ ਹੈ, ਨਾਮ ਚੇਂਜ ਹੁੰਦਾ ਰਿਹਾ ਇਹਨਾਂ ਦਾ, ਹੁਣ ਇਹਨਾਂ ਨੇ ਆਪਣਾ ਬੜੀ ਦੇਰ ਤੋਂ ਇਹ ਨਾਮ ਸਾਰਿਆਂ ਚੱਲ ਰਿਹਾ ਜੀ। ਕਹਿੰਦਾ ਮੈਂ ਥੱਲੇ ਕਰਦਾ ਪਹਿਲਵਾਨ ਜੀ ਆਈਸ ਗੋਲਾ ਬਾਰ, ਪਹਿਲਵਾਨ ਜੀ ਆਈਸ ਗੋਲਾ ਬਾਰ, ਸਮਝ ਰਹੇ ਹੋ? ਨਹੀਂ ਸਮਝਾਉਂਦੇ ਹਾਂ, ਇਹਨਾਂ ਦੇ ਬੜੇ ਮਸ਼ਹੂਰ ਗੋਲੇ ਨੇ, ਖੋਏ ਵਾਲੇ ਗੋਲੇ। ਆਹ ਹਾ ਹਾ, ਕਿਆ ਸਟਿੱਕ ਲਾ ਕੇ ਅਤੇ ਖੋਇਆ ਪਾ ਕੇ, ਅਤੇ ਬਦਾਮ ਕਾਜੂ ਵਾਲੇ ਵੀ ਖੋਏ ਨੇ। ਛੋਟਾ ਜਿਹਾ ਬਲੌਗ ਹੈ, ਨਾਲ ਰਹੋ, ਵੇਖਦੇ ਹਾਂ, ਮੇਕਿੰਗ ਵੇਖਦੇ ਹਾਂ, ਦੋ ਤਿੰਨ ਸਵਾਲ ਜਵਾਬ ਪੁੱਛਦੇ ਹਾਂ ਉਹਨਾਂ ਨੂੰ ਹੈਲਥ ਕੌਨਸ਼ੀਅਸ ਦੇ ਨਾਲ। ਆ ਜਾ ਕੈਮਰਾਮੈਨ। ਪਰਵਾਨ ਜੀ ਕਿੰਨੀ ਦੇਰ ਤੋਂ ਬਣਾ ਰਹੇ ਹੋ? 30-35 ਸਾਲ ਹੋ ਗਏ ਮਾਸ਼ਾਅੱਲਾ। ਤੇ ਕੈਮਰਾਮੈਨ ਥੋੜਾ ਜਿਹਾ ਇਹਨੂੰ ਆ ਨਾ, ਉਹ ਪਹਿਲਵਾਨ ਜੀ ਤੂੰ ਵਹਾ ਯਾਰ, ਮੈਨੂੰ ਤਾਂ ਸਾਰੇ ਵੇਖਦੇ ਨੇ, ਇਹਨਾਂ ਨੂੰ ਵਹਾ। ਹਾਂਜੀ ਪਹਿਲਵਾਨ ਜੀ ਕਿੰਨੀ ਦੇਰ ਤੋਂ ਕਰ ਰਹੇ ਹੋ? 30-35 ਸਾਲ ਤੋਂ ਮਾਸ਼ਾਅੱਲਾ। ਤੇ ਇਹ ਜਿਹੜੀ ਬਰਫ਼ ਹੈ ਆਪਣੀ ਆਪਣੀ ਸਪੈਸ਼ਲ ਬਰਫ਼ ਹੁੰਦੀ ਹੈ ਕਿ ਸਪੈਸ਼ਲ ਹੁੰਦੀ ਹੈ? ਅੱਛੀ ਗੱਲ ਹੈ। ਤੁਸੀਂ ਕਿੱਥੋਂ ਆਪਣੀ ਹੋਮਮੇਡ ਬਣਾਉਂਦੇ ਹੋ, ਕੀ ਕਰਦੇ ਹੋ? ਕਾਰਖਾਨੇ ਚੋਂ ਮੰਗਵਾਈ ਦੀ। ਅੱਛੀ ਗੱਲ। ਅੱਛਾ, ਮਗਰ ਇਹ ਜਿਹੜੀ ਫਿਲਟਰ ਬਰਫ਼ ਹੈ, ਇਹਨਾਂ ਕੋਈ ਬਿਮਾਰੀਆਂ ਸ਼ਿਮਾਰੀਆਂ ਤਾਂ ਨਹੀਂ? ਕਿਉਂਕਿ ਅੱਜ ਕੱਲ ਲੋਕ ਬਹੁਤ ਹੈਲਥ ਕੌਨਸ਼ੀਅਸ ਹੋ ਜਾਂਦੇ ਤੇ ਉਹ ਬਾਜ਼ਾਰੀ ਬਰਫ਼ ਨਹੀਂ ਖਾਂਦੇ। ਨਹੀਂ ਨਹੀਂ ਬਈ, ਅੱਛੀ ਹੈਗੀ, ਹੁਣ ਤਾਂ ਬਹੁਤ ਸਖਤੀ ਹੋ ਗਈ, ਅੱਛੀ ਬਰਫ਼ ਹੁੰਦੀ ਤਾਂ। ਅੱਛਾ, ਇਹਦੇ 'ਚ ਆਪਸ਼ਨਸ ਵੀ ਹਨ, ਅਗਰ ਘਰੋਂ ਕੁਝ ਬਰਫ਼ ਦੇ ਕੋਲੇ ਲੈ ਆਉਂਦੇ ਤੁਹਾਨੂੰ ਦਿੱਤਾ ਜਾਏ, ਤੁਸੀਂ ਬਣਾ ਦਿਓਗੇ? ਫਿਰ ਉਹ ਤੁਸੀਂ 50 ਰੁਪਏ ਘੱਟ ਕਰੋਗੇ ਕਿ ਪੈਸੇ ਉਨੇ ਹੀ ਲਓਗੇ? ਪੈਸਿਆਂ ਦੀ ਕਮੀ ਕੋਈ ਨਹੀਂ ਜੀ, ਬਰਫ਼ ਪਾਓ ਘਰੋਂ ਲੈ ਆਓ। ਭਲਵਾਨ ਜੀ ਦੇ ਕੋਲ ਪੈਸੇ ਤੁਹਾਡੇ ਕੋਲ 100, 150, 200, 300 ਤੇ 400, ਇਸ ਤਰ੍ਹਾਂ ਹੀ ਜੀ। ਮੈਨੂੰ ਰੇਟ ਸਾਰੇ ਜਿਹੜਾ ਡਰਾਈ ਫਰੂਟ ਵਾਲਾ ਹੁੰਦਾ, ਸਪੈਸ਼ਲ ਡਰਾਈ ਫਰੂਟ ਵਾਲਾ 300 ਤੇ 400 ਦਾ ਜੇ, ਤੇ ਨਾਰਮਲ ਜਿਹੜਾ ਨੇ 100-150, 100-150-200 ਦੇ। ਤੇ ਹੁਣ ਤੁਸੀਂ ਸਾਨੂੰ ਬਣਾ ਕੇ ਖਵਾਓ ਇੱਕ ਫਿਰ, ਮੇਰਾ ਖਿਆਲ ਡਰਾਈ ਫਰੂਟ ਵਾਲਾ ਇੱਕ ਚੈੱਕ ਕਰਾਓ, ਦੁਨੀਆਂ ਨੂੰ ਵਹਾਈਏ ਭਲਵਾਨ ਜੀ ਦਾ ਗੋਲਾ। ਲਓ ਜੀ ਕੈਮਰਾਮੈਨ ਫੋਕਸ ਕਰ ਦੇ ਰਿਹਾ ਅੰਦਰ। ਲਓ ਜੀ ਖੱਟਾ ਰੰਗ ਪੈ ਗਿਆ। ਅੱਛਾ, ਇਹ ਫਲੇਵਰ ਡਿਫਰੈਂਟ ਡਿਫਰੈਂਟ ਨੇ ਸਾਰੇ ਕਿ ਰੰਗ ਹੀ ਨੇ? ਸਿਰਫ ਡਿਫਰੈਂਟ ਨੇ ਜੀ। ਬਦਾਮ ਪੈ ਗਏ ਨੇ ਜੀ, ਬਰਫ਼ ਦੀ ਲੇਅਰ ਲੱਗ ਰਹੀ ਉੱਤੇ, ਫਿਰ ਖੋਇਆ ਪੈ ਰਿਹਾ, ਖੋਇਆ ਤੁੰਨ ਤੁੰਨ ਕੇ ਭਰਿਆ ਜਾ ਰਿਹਾ ਜੀ। ਵਾਹ ਜੀ ਵਾਹ, ਫਿਰ ਬਦਾਮਾਂ ਦੀ ਲੇਅਰ ਪੈ ਰਹੀ ਹੈ। ਲਓ ਜੀ ਫਿਰ ਬਰਫ਼ ਦੀ ਲੇਅਰ ਰਹੇ। ਲਓ ਜੀ ਇਹ ਹੁਣ ਇਹ ਕਿਹੜਾ ਰੰਗ ਜੀ? ਰੂਹ ਅਫਜ਼ਾ ਹੈ। ਹਾਂਜੀ ਰੂਹ ਅਫਜ਼ਾ ਪੈ ਗਿਆ ਜੀ, ਜਮਸ਼ੇਰੀ ਨਹੀਂ ਪਾਇਆ ਹੋਣਾ, ਰੂਹ ਅਫਜ਼ਾ ਪਾਇਆ। ਕਿਸ਼ਮਿਸ਼ ਪੈ ਗਈ ਹੈ ਜੀ ਉੱਤੇ, ਫਿਰ ਉਹਨਾਂ ਨੇ ਮਟੀਰੀਅਲ ਪਾਤਾ ਜੀ। ਇਹ ਮਟੀਰੀਅਲ ਜਿਹੜਾ ਜੀ ਨਾ ਬਦਾਮਾਂ ਦਾ, ਕੈਮਰਾਮੈਨ, ਇਹਦੇ ਵਿੱਚ ਬਦਾਮ, ਪਿਸਤਾ, ਕਾਜੂ ਸਭ ਕੁਛ ਹੈ ਜੀ। ਇਹ ਨਾ ਸਮਝਣਾ ਕਿ ਜੀ ਉਹਨਾਂ ਨੇ ਬਦਾਮ ਕਿਹਾ ਤਾਂ ਭੁੱਲ ਨਜ਼ਰ ਨਹੀਂ ਆ ਰਹੇ, ਮਗਰੋਂ ਭੇਜਦੇ ਨੇ ਉਹਨਾਂ ਨੇ ਕੁਆਂਟਿਟੀ ਵਧਾਉਣਾ ਸੀ, ਨਿੱਕੇ ਨਿੱਕੇ ਕਰਤੇ ਨੇ ਤਾਂ ਕਿ ਤਾਂ ਪੈ ਜਾਵੇ, ਜ਼ੈਕਾ ਆਏਗਾ ਤੁਹਾਨੂੰ। ਮੈਂ ਵੀ ਭਲਵਾਨ ਜੀ ਵੱਲੋਂ ਸਾਈਡ ਅਸੀਂ ਲੈ ਲਈਏ ਨਾ, ਲੋਕੀ ਕਹਿੰਦੇ ਉਹ ਕੁਛ ਡਾਲਾ ਨਹੀਂ, ਨਜ਼ਰ ਨਹੀਂ ਆਇਆ, ਇੱਧਰ ਕੈਮਰਾਮੈਨ ਪੂਰਾ ਫੋਕਸ ਕਰਾ ਪਿਆ। ਹਾਂ 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 ਹਾਂ,
ਸੁਭਾਨ ਅੱਲਾ ਕਿਆ ਚੀਜ਼ ਦੇ ਯਾਰ, ਮੂੰਹ ਵੇਖ ਕੇ ਪਾਣੀ ਆ ਰਿਹਾ ਯਾਰ। ਇਹ ਪੇਡ ਨਹੀਂ ਜੇ, ਇਹ ਮੈਂ ਪੈਸੇ ਖਰਚ ਕੇ ਕਰ ਰਿਹਾ, ਉਹਨਾਂ ਨੇ ਮੈਨੂੰ ਕੋਈ ਨੀ ਜੇ ਪੈਸੇ ਪੂਸੇ ਦੇਣੇ, ਮੈਂ ਪੈਸੇ ਦੇ ਕੇ ਬਣਾ ਰਿਹਾ। ਸਮਝੋਗੇ ਜੀ ਮੈਂ ਸ਼ਾਇਦ ਪੈਸੇ ਚੱਕਰ ਚ ਆਇਆ, ਨਹੀਂ ਨਹੀਂ ਨਹੀਂ, ਪੈਸੇ ਦੇਣੇ ਜੀ ਅਸੀਂ ਇਹਨਾਂ ਦੇ। ਲਓ ਜੀ ਲਓ ਜੀ, ਉਹਨਾਂ ਨੇ ਕਿਹਾ ਮਿਕਸ ਨੀ ਕਰਨਾ ਤੇ ਐਸੇ ਹੀ ਖਾਣਾ। ਕੈਮਰਾਮੈਨ ਆ ਜਾ ਫਿਰ ਜ਼ਰਾ, ਬੋਤੀ ਮਾਂ ਮੇਰੇ ਮੂੰਹ ਦੇ ਜੀ ਨਾ ਪਾਦੀ, ਮੈਂ ਚੈੱਕ ਕਰ ਲੈ ਰੋਸ਼ਨੀ ਆ ਰਹੀ ਆ ਗਈ। ਇਹ ਕੀ ਗੱਲ ਹੈ, ਵੇਲਾ ਚੱਲ ਬਿਸਮਿਲਾ ਕਰਨੇ ਆ ਜੀ। ਚਲੋ ਜੀ ਇਹ ਖਾਣਾ ਕਿਸ ਤਰ੍ਹਾਂ ਜੀ, ਇਹਨੂੰ ਮਿਕਸ ਵੀ ਨੀ ਕਰਨਾ ਤੇ ਐਸੇ ਹੀ ਖਾਣਾ ਹੁਣ। ਲਓ ਜੀ ਅਸੀਂ ਛੋਟੇ ਦੇ ਤੀਲੇ ਨਾਲ ਖਾਂਦੇ ਰਹੇ ਹਾਂ ਬੇਸਿਕਲੀ, ਹੁਣ ਮੰਮੀ ਡੈਡੀ ਮੋਲ ਆ ਗਿਆ। ਤੀਲੇ ਵਾਲਾ ਬਰਗਰ ਦਿੰਦੇ ਹੋ, ਸਟਿੱਕ ਵਾਲਾ ਵੀ ਹੁੰਦਾ। ਚਲੋ ਜੀ ਬਿਸਮਿਲਾ ਜੀ, ਕੈਮਰਾਮੈਨ ਉਹ ਆ ਕੁਸਮੇ ਜੈਂਗੋ, ਜੈਂਗੋ ਪਤਾ ਨੀ ਉਹਦਾ ਮਤਲਬ ਹੈ ਕਿ ਨਹੀਂ ਹੈ, ਮਗਰ ਮੂੰਹ ਚੋਂ ਜੈਂਗੋ ਲਫ਼ਜ਼ ਨਿਕਲਿਆ, ਕਮਾਲ ਹੈ ਕਹਿੰਦੇ ਨਾ ਉਹੀ ਹੈ। ਕੈਮਰਾ ਫੋਕਸ ਕਰ ਰਹੇ ਹਾਂ, ਆਹ ਦੂਜਾ ਵਜੇ ਓਹੋ ਹੋ ਸੁਭਾਨ ਅੱਲਾ। ਲਓ ਜੀ ਫੈਸਲਾਬਾਦ ਦਾ ਨੰਬਰ ਵਨ ਗੋਲਾ ਪਹਿਲਵਾਨ ਜੀ ਦਾ ਗੋਲਾ, ਇੱਕ ਪਹਿਲਵਾਨ ਰਿਕਮੈਂਡ ਕਰ ਰਿਹਾ ਇੱਕ ਪਹਿਲਵਾਨ ਨੂੰ, ਮਸਟ ਟਰਾਈ। ਹੱਥ ਬਚਾ ਲਿਆ ਕੈਮਰਾਮੈਨ, ਐਵੇਂ ਧੋਣ ਨਾ ਆਪਣੀ ਲਵਾ ਲਈ ਉਹਦੇ ਚੋਂ, ਮਸਟ ਟਰਾਈ ਹੈ ਜੀ ਇਹ ਗੋਲਾ, ਮਸਟ ਟਰਾਈ ਹੈ। ਮੈਂ ਤੁਹਾਡਾ ਦੋਸਤ ਹੋਸਟ ਮੁਸਤਫਾ ਡਾਰ, ਇਹਨੂੰ ਮੈਂ ਮੁਕਾਉਣਾ ਚਾਹ ਰਿਹਾ, ਇਸ ਵਾਰ ਬਲੌਗ ਮੁਕਾ ਰਿਹਾ ਪਹਿਲੇ ਕਿ ਇਹਨੂੰ ਮੈਂ ਵਾਧੂ ਮੁਕਾਵਾਂ। ਕਿੰਗ ਮੈਕਸ 786 ਯੂਟਿਊਬ ਦੀ ਆਈ ਡੀ, ਇਸੇ ਤਰ੍ਹਾਂ ਹੀ ਪਿਆਰ ਕਰੋ, ਸਬਸਕ੍ਰਾਈਬਰ ਵਧਾਓ। 3000 ਸਬਸਕ੍ਰਾਈਬਰ ਹੋਣ ਵਾਲਾ ਹੋ ਗਿਆ ਛੇਤੀ, ਅਤੇ ਇੱਕ ਵੀ ਆਈ ਪੀ ਜਿਹਾ ਬਲੌਗ ਬਣਾਵਾਂਗੇ ਉਹਦਾ, ਮਿਲਦੇ ਹਾਂ ਤੁਹਾਨੂੰ ਅਗਲੇ 'ਚ। ਠੀਕ ਹੈ ਨਾ, ਕੈਮਰਾ ਨੂੰ ਉਂਗਲ ਪਰੇ ਕਰ ਸੱਜਿਆ ਤੋਂ, ਅੱਲਾ ਮਜ਼ਾਕ ਕਰ ਰਿਹਾ ਸੀ ਕੈਮਰਾ, ਮੈਨੂੰ ਕਨਫਿਊਜ਼ ਕਰਨਾ ਕਦੀ ਕਦੀ ਮੈਂ। ਓਕੇ ਜੀ ਅੱਲਾ ਹਾਫਿਜ਼।